ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Exam Study with Job Alert ਤੇ ਸੋ ਜਿਹੜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਿੱਖਿਆ ਵਿਭਾਗ ਦੇ ਵਿੱਚ ਵੱਡੇ ਪੱਧਰ ਤੇ ਜੋ ਖਾਲੀ ਅਸਾਮੀਆਂ ਪਈਆਂ ਨੇ ਸੋ ਅਪਡੇਟ ਆਈ ਹੈ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਡੇਲੀ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਸਿੱਖਿਆ ਵਿਭਾਗ ਦੇ ਵਿੱਚ ਵੱਡੇ ਪੱਧਰ ਤੇ ਵੱਖ-ਵੱਖ ਔਦਿਆਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਖਾਲੀ ਪਈਆਂ ਨੇ 3 ਸਾਲਾਂ ਤੋਂ ਮਾਸਟਰ ਗ੍ਰੈਜੂਏਟ ਦੀ ਸੀਨੀਅਰਤਾ ਸੂਚੀ ਜਿਹੜੀ ਆ ਉਹ ਅਪਡੇ ਸੂਯਾ ਜਦੇ ਅਖਬਾਰ ਦੇ ਵਿੱਚ ਅਪਡੇਟ ਆ ਚੁੱਕੀ ਹੈ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇਣ ਦਾ ਨਾਰਾ ਲੈ ਕੇ ਸੱਤਾ ਚਾਹੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ 8 ਮਹੀਨੇ ਪੂਰੇ ਹੋਣ ਪਿੱਛੋਂ ਵੀ ਜਿਲਾ ਸਿੱਖਿਆ ਅਫਸਰਾ ਬੀਪੀਈਓ ਪ੍ਰਿੰਸੀਪਲ ਲੈਕਚਰਾਰ ਮਾਸਟਰ ਅਤੇ ਪ੍ਰਾਇਮਰੀ ਕੇਟਰ ਦੀਆਂ ਅਸਾਮੀਆਂ ਜਿਹੜੀਆਂ ਉਹ ਖਾਲੀ ਨੇ ਸੋ ਪੰਜਾਬ ਭਰ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਲਾ ਸਿੱਖਿਆ ਅਫਸਰਾ ਸਕੈਂਡਰੀ ਅਤੇ ਪ੍ਰਾਇਮਰੀ ਦੋਨੋਂ ਆ ਗਈ ਜਿਹਦੇ ਵਿੱਚ ਇਸ ਦੀਆਂ 46 ਅਸਾਮੀਆਂ ਚੋਂ ਲਗਭਗ 18 ਅਸਾਮੀਆਂ ਖਾਲੀ ਪਈਆਂ ਇਸੇ ਤਰ੍ਹਾਂ ਪੰਜਾਬ ਭਰ ਦੇ ਵਿੱਚ BPEU ਦੀਆਂ 228 ਚੋਂ 80 ਦੇ ਕਰੀਬ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਲਗਭਗ 4000 ETT ਅਧਿਆਪਕਾਂ ਦੀਆਂ ਮਾਸਟਰ ਕੇਡਰ 'ਚ ਤਰੱਕੀਆਂ ਜਿਹੜੀਆਂ ਉਹ ਵੀ ਰੁਕੀਆਂ ਹੋਈਆਂ ਨੇ ਸੀਨੀਅਰਤਾ ਸੂਚੀ ਦੇ ਅਪਡੇਟ ਨਾ ਹੋਣ ਕਾਰਨ ਵਿਚਾਲੇ ਫਸੀਆਂ ਪ੍ਰੋਮੋਸ਼ਨਾਂ ਨਾ ਕਰਨ ਬੇਲੋੜੀਆਂ ਗੈਰ ਵਿਦਿਆਕ ਸਰਗਰਮੀਆਂ ਤੇ ਗੈਰਵਾਜਬ ਮਹੀਨਾਵਾਰ ਪ੍ਰੀਖਿਆਵਾਂ ਦਾ ਗੰਭੀਰ ਨੋਟਿਸ ਲੈਂਦੇ ਡੈਮੋਕ੍ਰੈਟਿਕ ਟੀਚਰਸ ਫਰੰਟ ਡਟੀਐਫ ਪੰਜਾਬ ਨੇ ਇਸ ਨੂੰ ਆਪ ਸਰਕਾਰ ਦੀ ਕਹਿਣੀ ਅਤੇ ਕਰਨੀ 'ਚ ਵੱਡਾ ਫਰਕ ਜਿਹੜਾ ਇਕਰਾਰ ਦਿੱਤਾ ਹੈ ਡੀਟੀਐਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਨਰਲ ਸਕੱਤਰ ਮਕੇਸ਼ ਕੁਮਾਰ ਵਿਤ ਸਕੱਤਰ ਅਸ਼ਵਨੀ ਆਪਸਤੀ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਮਾਸਟਰ ਕੇਜਰ ਦੀ ਸੀਨੀਅਰਤਾ ਸੂਚੀ ਨੂੰ ਅਪਡੇਟਡ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਓਪਨ ਡਿਸਟੈਂਸ ਲਰਨਿੰਗ ਰਾਹੀਂ ਸਿੱਖਿਆ ਪ੍ਰਾਪਤ ਅਧਿਆਪਕਾਂ ਦੇ 11-11 ਸਾਲ ਤੋਂ ਪੈਂਡਿੰਗ ਰੈਗੂਲਰ ਪੱਤਰ ਜਾਰੀ ਕਰਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਦੇ ਆਂ ਤਨਖਾਹ ਕਮਿਸ਼ਨ ਤੇ ਪੰਜਾਬ ਸਿਵਲ ਸਰਵਿਸਿਸ ਦੇ ਸਾਰੇ ਰੂਲਸ ਲਾਗੂ ਕਰਨ ਸਮੂਹ ਕੱਚੇ ਅਧਿਆਪਕਾਂ ਤੇ ਨੌਨ ਟੀਚਿੰਗ ਨੂੰ ਬਿਨਾ ਸ਼ਰਤ ਰੈਗੂਲਰ ਕਰਨ ਅਤੇ 180 ETT ਅਧਿਆਪਕਾਂ ਤੇ ਮੁੱਢਲੀ ਭਰਤੀ ਦੇ ਸਾਰੇ ਲਾਭ ਬਹਾਲ ਕਰਨ ਸਾਲ 2018 ਤੋਂ ਬਾਅਦ ਨਵੀਂ ਭਰਤੀ ਤੇ ਪਦ ਉਨਤ ਹੋਏ ਅਧਿਆਪਕਾਂ ਤੇ ਥੋਪੀ ਵਿਭਾਗੀ ਪ੍ਰੀਖਿਆ ਵਾਪਸ ਲੈਣ 8886 ਅਧਿਆਪਕਾਂ ਤੇ 5178 ਅਧਿਆਪਕਾਂ ਨਾਲ ਪਿਛਲੀ ਕਾਂਗਰਸ ਸਰਕਾਰ ਵੱਲੋਂ ਰੈਗੂਲਾਈਜੇਸ਼ਨ ਕਰਨ ਮੌਕੇ ਹੋਈ ਤੱਕੇ ਸਾਈ ਨੂੰ ਬਿਹਾਰੇ ਤੱਕ ਦੂਰ ਨਹੀਂ ਕੀਤਾ ਗਿਆ ਸੋ ਪੜੋ ਪੰਜਾਬ ਵਰਗੇ ਪ੍ਰੋਜੈਕਟ ਫੌਰੀ ਬੰਦ ਕਰਕੇ ਸਕੂਲਾਂ ਵਿੱਚ ਪੜਾਉਣ ਦੇ ਕਾਰਜ ਤੋਂ ਦੂਰ ਕੀਤੇ ਅਧਿਆਪਕਾਂ ਨੂੰ ਪਿਤਰੀ ਸਕੂਲਾਂ ਵਿੱਚ ਪੜਾਉਣ ਦਾ ਕੰਮ ਵੀ ਜਿਹੜਾ ਨਹੀਂ ਦਿੱਤਾ ਗਿਆ ਉਹਨਾਂ ਸਿੱਖਿਆ ਵਰਗੇ ਸੁਵੇਦਨਸ਼ੀਲ ਮੁੱਦੇ ਤੇ ਆਪ ਸਰਕਾਰ ਦੀ ਡੰਗਟਪਾਉ ਨੀਤੀ ਨਖੇਦੀ ਕਰਦੇ ਆ ਸਿੱਖਿਆ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਖਾਲੀ ਰਹਿਣੀਆਂ ਸਾਰੀਆਂ ਅਸਾਮੀਆਂ ਤੁਰੰਤ ਭਰਨ ਅਤੇ ਰਹਿਣਦੀਆਂ ਪ੍ਰਮੋਸ਼ਨਾਂ ਨੂੰ ਸਮਵਧ ਲਾਗੂ ਕਰਨ ਦੀ ਮੰਗ ਹੈ ਜਿਹੜੀ ਕੀਤੀ ਹੈ ਸੋ ਇਹ ਅਪਡੇਟ ਪਹਿਲਾਂ ਵੀ ਆਈ ਸੀ ਸਿੱਖਿਆ ਮੰਤਰੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਜਦੋਂ ਬੀਐਡ ਟੈਕਪਾਸ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ ਸੀ ਆ ਪਿੱਛੇ ਜੀ ਤਾਂ ਉਹਨਾਂ ਕਿਹਾ ਸੀ ਕਿ ਨਵੀਂ ਭਰਤੀ ਬਾਅਦ ਵਿੱਚ ਆਏਗੀ ਪਹਿਲਾਂ ਜਿਹੜੀ ਮਾਸਟਰ ਡੀਗਰੀ ਦੀ ਭਰਤੀ ਚੱਲ ਰਹੀ ਹੈ 41 ਘਟਾ ਇਹਨੂੰ ਕੰਪਲੀਟ ਕੀਤਾ ਜਾਏਗਾ ਬਾਅਦ ਦੇ ਵਿੱਚ ਦੇਖਿਆ ਜਾਏਗਾ ਕਿੰਨੀਆਂ ਪੋਸਟਾਂ ਕਿਹੜੇ ਵਿਭਾਗ ਵਿੱਚ ਖਾਲੀ ਨੇ ਤਾਂ ਉਹਦੇ ਹਿਸਾਬ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਸੋ ਇਹ ਸੈਕੰਡ ਅਪਡੇਟ ਹੈ ਜਿਹੜੀ ਆ ਚੁੱਕੀ ਹੈ ਤਾਂ ਉਹਨੇ ਵਿਭਾਗ ਦੇ ਸਾਰੇ ਇਹ ਕਦੋਂ ਨਵੀਆਂ ਪੋਸਟਾਂ ਆਉਂਦੀਆਂ ਨੇ ਕਦੋਂ ਤੱਕ ਕਿਹੜੀ 41 ਘਟਾ ਭਰਤੀ ਕੰਪਲੀਟ ਹੋਏਗੀ ਸੂਬਾ ਕੀਦਰ ਰਿਗਾਰਡਿੰਗ ਜੋ ਅੱਗੇ ਅਪਡੇਟਸ ਹੋਣਗੀਆਂ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ